ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼, ਮੈਂ ਹਾਂ ਤੁਹਾਡੇ ਨਾਲ ਅੰਜਲੀ। ਫਗਵਾੜਾ ਸ਼ਹਿਰ ਦੀ ਪਲਾਈ ਨਹਿਰ ਤੇ ਇੱਕ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਵਿੱਚ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਦੀ ਸੂਚਨਾ ਆਸ ਪਾਸ ਦੇ ਲੋਕਾਂ ਵੱਲੋਂ ਤੁਰੰਤ ਫਗਵਾੜਾ ਪੁਲਿਸ ਨੂੰ ਦਿੱਤੀ ਗਈ। ਮੌਕੇ ਤੇ ਪਹੁੰਚੇ ਫਗਵਾੜਾ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਹੈ। ਸਾਰੇ ਮਾਮਲੇ ਸੰਬੰਧੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਲਾਹੀ ਨਹਿਰ ਤੇ ਇੱਕ ਨੌਜਵਾਨ ਦੀ ਲਾਸ਼ ਪਈ ਹੋਈ ਹੈ ਤੇ ਉਹ ਤੁਰੰਤ ਮੌਕੇ ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੇ ਦੱਸਿਆ ਕਿ ਮ੍ਰਿਤਕ ਦੀ ਜੇਬ ਵਿੱਚੋਂ ਮਿਲੇ ਡਾਕੂਮੈਂਟ ਅਨੁਸਾਰ ਮ੍ਰਿਤਕ ਦੀ ਪਹਿਚਾਣ ਸਨੀ ਪੁੱਤਰ ਦਲੀਪ ਕੁਮਾਰ ਵਾਸੀ ਪਿੰਡ ਸਾਨੀ ਵਜੋਂ ਹੋਈ ਹੈ। ਉਹਨਾਂ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਨਾ ਦਿੱਤੀ ਜਾ ਰਹੀ ਹੈ ਅਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ਼ਨ ਮਾ ਦੀ ਰਿਪੋਰਟ। ਕੀ ਮਾਮਲਾ ਕੀ ਅੱਜ ਨਾ ਸਵੇਰੇ ਹੀ ਮੈਨੂੰ ਮੁੰਡਿਆਂ ਦਾ ਫੋਨ ਗਿਆ ਵੀ ਇੱਦਾਂ ਦਾ ਕਰਕੇ ਆ ਨਹਿਰ ਵਾਲੇ ਰੋਡ ਤੇ ਇੱਕ ਬੰਦੇ ਦੀ ਡੈਥ ਹੋਈ ਆ। ਮੈਂ ਉਸ ਲਈ ਉਧਰੋਂ ਕੰਮ ਗਏ ਸੀ, ਮੈਂ ਕੰਮ ਛੱਡ ਕੇ ਆਇਆ। ਜਦੋਂ ਦੇਖਿਆ ਤਾਂ ਇਹ ਬੰਦਾ ਜਿਹੜਾ ਹੈ ਇਹਦਾ ਮੋਟਰਸਾਈਕਲ ਨੰਬਰ ਹੈਗਾ ਆ 20090A2708 ਔਰ ਇਹ ਜਦੋਂ ਆ ਕੇ ਦੇਖਿਆ ਤਾਂ ਇਹਦੀ ਡੈਥ ਹੋ ਚੁੱਕੀ ਸੀ। ਸਰ ਇਹ ਕਦੋਂ ਦਾ ਪਤਾ ਲੱਗਾ ਸੀ, ਕਦੋਂ ਕਦੀ ਹੋਈ ਹੈ ਡੈਥ? ਅੱਧਾ ਆਪਣੇ ਕਰੀਬ ਅੱਧਾ ਕੁ ਘੰਟਾ ਪਹਿਲਾਂ ਹੀ ਲੱਗਾ ਇਸ ਗੱਲ ਦਾ ਪਤਾ 12 ਵਜੇ। ਅਤੇ ਕੋਈ ਪਹਿਚਾਣ ਵਗੈਰਾ ਹੋਈ ਹੈ? ਨਹੀਂ ਪਹਿਚਾਣ। ਹੁਣ ਮੁਲਾਜ਼ਮਾਂ ਨੂੰ ਉੱਥੇ ਪੁਲਿਸ ਨੂੰ ਡੈਪਟੀ ਸਾਹਿਬ ਨੂੰ ਵੀ ਫੋਨ ਕਰਤਾ, SHO ਸਾਹਿਬ ਨੂੰ ਵੀ, ਸਿਟੀ ਨੂੰ ਸਦਰ ਵਾਲਿਆਂ ਨੂੰ ਫੋਨ ਕਰਤਾ ਅਤੇ ਜਿਹੜਾ ਇਹਦੀ ਤਫਤੀਸ਼ ਕਰਦੇ ਆ ਵੀ ਕੌਣ ਬੰਦਾ ਆਈ ਨਹੀਂ ਪੁਲਿਸ ਵਾਲੇ ਦੀ। ਬਸ ਪੁਲਿਸ ਨੂੰ 10-15 ਮਿੰਟ ਹੋਏ ਫੋਨ ਕੀਤੇ ਨੂੰ, ਉਹ ਕਹਿੰਦੇ ਅਸੀਂ ਆ ਰਹੇ ਹਾਂ। ਹੁਣ ਆਉਂਦੇ ਆ ਤਾਂ ਉਹ ਤਫਤੀਸ਼ ਕਰਨਗੇ, ਨਾਲੇ ਇਹਦੀ ਜਿਹੜੀ ਹੈਗੀ ID ਚੈੱਕ ਕਰਨਗੇ ਵੀ ਕਿੱਥੇ ਦਾ ਬੰਦਾ ਔਰ ਕਿੱਦਾਂ ਇਹਦੀ ਡੈਥ ਹੋਈ ਹੈ ਇੱਥੇ ਅਤੇ ਹੋਇਆ ਹੈ ਕਿੱਥੇ ਦਾ। ਉੱਦਾਂ ਇਹ ਬੰਦਾ ਪਤਾ ਨਹੀਂ, ਇਹ ਅਨਨੋਨ ਹੀ ਆ ਹਾਲੇ ਤਾਂ, ਪਰ ਇਹ ਰੋਡ ਵੀ ਜਿਹੜਾ ਆ ਸੁਨਸਾਨ ਰੋਡ ਆ, ਨਹਿਰ ਦੇ ਨਾਲ ਨਾਲ ਜਾਂਦਾ ਇਹ ਰੋਡ। ਕਿਸ ਰੋਡ, ਕਿਹੜਾ ਰੋਡ ਪੈਂਦਾ ਜੀ? ਇਹ ਅਸਲ 'ਚ ਪਲਾਈ ਨੂੰ ਜਾਂਦੀ ਆ ਸੜਕ ਹੁਸ਼ਿਆਰਪੁਰ ਚੌਂਕ ਤੋਂ, ਨਹਿਰ ਦੇ ਨਾਲ ਨਾਲ ਇੱਕ ਤਾਂ ਬਾਈਪਾਸ ਜਾਂਦਾ, ਇੱਕ ਇੱਧਰਲੇ ਪਾਸੇ ਰੋਡ ਸੁਣਨਾ ਹੀ ਆ। ਹੁਣ ਇੱਥੇ ਕਿੱਦਾਂ ਇਹਦੀ ਡੈਥ ਹੋਈ ਆ, ਕਿਉਂਕਿ ਐਕਸੀਡੈਂਟ ਵੀ ਨਹੀਂ ਹੋਇਆ ਲੱਗਦਾ, ਮੋਟਰਸਾਈਕਲ ਖੜ੍ਹਾ ਆ, ਪਰ ਇਹ ਬੰਦਾ ਜਿਹੜਾ ਇਹਦੀ ਡੈਕ ਜਿਹੜੀ ਆ ਉਹ ਡੈਥ ਹੋ ਚੁੱਕੀ, ਮੋਟਰਸਾਈਕਲ ਦਾ ਸਟੈਂਡ ਵੀ ਲੱਗਾ ਆ ਇਹ। ਹੁਣ ਪੁਲਿਸ ਤਫਤੀਸ਼ ਕਰੂਗੀ ਵੀ ਇਹਦੀ ਕਿੱਦਾਂ ਡੈਥ ਹੋਈ ਆ ਔਰ ਇਹ ਕਿੱਥੇ ਦਾ ਬੰਦਾ। ਇੱਕ ਜਿਹੜਾ ਪਲਾਈ ਨਹਿਰ ਦੇ ਉੱਪਰ ਆਏ ਆ, ਇਹ ਇੱਦਾਂ ਵੀ ਸਾਨੂੰ ਤਲਾਹ ਮਿਲੀ ਸੀ ਵੀ ਇੱਕ ਡੈਡ ਬੋਡੀ ਜਿਹੜੀ ਆ ਪਈ ਆ, ਮੌਕੇ 'ਤੇ ਪਹੁੰਚੇ ਹਾਂ ਅਤੇ ਪਰਸ ਮਿਲਿਆ ਵਿੱਚ, ਪਰਸ 'ਤੇ ਸਨੀ ਨਾਮ ਦਾ ਵਿਅਕਤੀ ਹੈ। ਕਿੱਥੇ ਦਾ ਰਹਿਣ ਵਾਲਾ? ਸਾਰੇ ਸਨੀ ਵਾਸੀ ਸਾਨੀ ਦਾ ਵਾ। ਹਾਂਜੀ, ਦਲੀਪ ਫਾਦਰ ਨਾਮ ਦਲੀਪ ਕੁਮਾਰ ਆ ਅਤੇ ਅਗਲੇ ਪੁੱਤਰ ਉਹਦੇ ਘਰ ਬਾਰੇ ਆ ਰਹੇ ਆ, ਉਹਨਾਂ ਅੰਤੇ ਕਾਰ ਕੀਤੀ ਹੈ। ਕੋਈ ਪਤਾ ਨਹੀਂ ਚੱਲਿਆ ਜੀ ਸਰ ਕਿੱਦਾਂ? ਇਹ ਨਹੀਂ ਕੋਈ ਪਤਾ, ਪੋਸਟਮਾਰਟਮ ਰਿਪੋਰਟ ਹੁਣ ਚੱਲੇਗਾ।